ਫਰੀਦਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਦੇ ਨਾਲ ਲੱਗਦੇ ਪਿੰਡ ਔਲਖ ਨਿਵਾਸੀ ਬਲਦੇਵ ਸਿੰਘ ਨੇ ਥਾਣਾ ਸਿਟੀ ਕੋਟਕਪੂਰਾ ਦੇ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਜਿਸ ਵਿੱਚ ਕਿ ਜੈਤੋ ਨਿਵਾਸੀ ਜਗਦੀਪ ਸਿੰਘ ਤੇ ਇਲਜ਼ਾਮ ਲਾਏ ਗਏ ਨੇ ਕਿ ਉਸਨੇ ਬਲਦੇਵ ਸਿੰਘ ਦੇ ਮੁੰਡੇ ਅਤੇ ਪ੍ਰਸੰਨ ਸਿੰਘ ਦੀ ਕੁੜੀ ਨੂੰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਭਰਤੀ ਕਰਵਾਉਣ ਦੇ ਲਈ ਬਲਦੇਵ ਸਿੰਘ ਤੋਂ 1 ਲੱਖ ਅਤੇ ਪ੍ਰਸੰਨ ਸਿੰਘ ਤੋਂ 70,000 ਰੁਪਏ ਲਏ ਸਨ ਅਤੇ ਬਾਕੀ ਦੇ ਪੈਸੇ 5,20,000 ਭਰਤੀ ਦੇ ਬਾਅਦ ਦੇਣ ਦੀ ਗੱਲ ਤੈਅ ਹੋਈ ਸੀ ਪਰ ਜਗਦੀਪ ਸਿੰਘ ਦੋਵਾਂ ਨੂੰ ਭਰਤੀ ਨਾ ਕਰਵਾ ਸਕਿਆ ਇਸ ਮਗਰੋਂ ਪੈਸੇ ਨਾ ਮੋੜਨ ਤੇ ਥਾਣਾ ਸਿਟੀ ਦੇ ਵਿੱਚ ਅਰਜ਼ੀ ਦਾਖਲ ਕਰਵਾਈ ਗਈ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਜਾਂਚ ਕਰਦਿਆਂ ਦੋਸ਼ੀ ਜਗਦੀਪ ਸਿੰਘ ਨੂੰ ਮਾਮਲਾ ਦਰਜ ਕਰਦਿਆਂ ਹੋਇਆਂ ਗ੍ਰਿਫਤਾਰ ਕਰ ਲਿਆ ਹੈ ਪਰ ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਜੇ ਰਿਸ਼ਵਤ ਲੈਣ ਵਾਲਾ ਦੋਸ਼ੀ ਹੈ ਤਾਂ ਰਿਸ਼ਵਤ ਦੇਣ ਵਾਲੇ ਵੀ ਉਨੇ ਹੀ ਕਸੂਰਵਾਰ ਬਣਦੇ ਨੇ ਦੇਵ ਸਿੰਘ ਅਤੇ ਪਰਚਨ ਸਿੰਘ ਵਾਸੀ ਔਲਖ ਨੇ ਇਤਲਾਹ ਦਿੱਤੀ ਸੀ ਕਿ ਜਗਦੀਪ ਸਿੰਘ ਨਾਂ ਦਾ ਕੋਈ ਲੜਕਾ ਹੈ ਜੀ ਉਹ ਉਹਨਾਂ ਦੀ ਕੁੜੀ ਨੂੰ ਅਤੇ ਮੁੰਡੇ ਨੂੰ ਪੁਲਿਸ 'ਚ ਭਰਤੀ ਕਰਾਉਣ ਵਾਸਤੇ ਬਲਦੇਵ ਸਿੰਘ ਅੱਗੇ 1 ਲੱਖ ਰੁਪਈਆ ਲੈ ਗਿਆ ਜੀ ਅਤੇ ਪਰਚਨ ਸਿੰਘ ਕੋਲੋਂ 70,000 ਰੁਪਈਆ ਲੈ ਗਿਆ ਲੜਕੀ ਭਰਤੀ ਕਰਾਉਣ ਵਾਸਤੇ ਪੰਜਾਬ ਪੁਲਿਸ ਦੇ ਵਿੱਚ ਜੀ ਅਤੇ ਜਿਹਨੇ ਦੁਬਾਰਾ 5,20,000 ਰੁਪਏ ਹੋਰ ਲੈਣੇ ਸੀ ਪੰਜਾਬ ਪੁਲਿਸ 'ਚ ਭਰਤੀ ਕਰਾਉਣ ਦੇ ਅਤੇ ਉਹਨਾਂ ਨੇ ਕੰਪਲੇਂਟ ਕੀਤੀ ਜਿਹਦੇ ਆਧਾਰ 'ਤੇ FIR ਨੰਬਰ 27 ਮਿਤੀ 14/2/17/420 IPC ਦਰਜ ਥਾਣਾ ਸਿਟੀ ਕੋਟਕਪੂਰਾ ਕੀਤੀ ਹੈ ਜੀ ਅਤੇ ਕੱਲ੍ਹ ਦੋਸ਼ੀ ਨੂੰ ਐਸ ਸਿਕੰਦਰ ਸਿੰਘ ਨੇ ਕਾਬੂ ਕਰਕੇ ਪੁੱਛਗਿੱਛ ਕੀਤੀ ਹੈ ਜੀ ਜਿਸ ਹੋਰ ਨਿਘਾਈ ਨਾਲ ਵੀ ਏਜੰਟ ਠੱਗੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਅੱਜ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਊਗਾ ਜੀ ਅਤੇ ਹੋਰ ਵੀ ਸਰ ਇਹ ਆਦਮੀ ਪਹਿਲੇ ਵੀ ਕੋਈ ਐਸੇ ਕਾਰਨਾਮੋ ਮੇ ਸੰਲਿਪਤ ਹੈ ਨਹੀਂ ਅਜੇ ਪੁੱਛਗਿੱਛ ਜਾਰੀ ਹੈ ਜੀ ਉਦੋਂ ਪੁੱਛਗਿੱਛ ਦੇ ਆਧਾਰ 'ਤੇ ਜੋ ਕੁਝ ਸਾਹਮਣੇ ਆਊਗਾ ਜੀ ਉਹ ਸਾਨੂੰ ਬੰਦ ਕਾਨੂੰਨੀ ਕਾਰਵਾਈ ਦੇ ਖਿਲਾਫ਼ ਕੀਤੀ ਜਾਊਗੀ ਜੀ